ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਅਤੇ ਨਾ ਕਰਵਾਉਣ ਲਈ ਦਿੱਤਾ ਆਈ ਟੀ ਓ ਸਾਹਿਬ ਨੂੰ। ਉਹਨਾਂ ਨੇ ਸਾਨੂੰ ਵਾਰ ਵਾਰ ਗੇੜੇ ਲਵਾਉਂਦੇ ਪਏ, ਅੱਜ ਡਾਕੂਮੈਂਟ ਲਿਆਓ, ਅੱਜ ਆਹ ਲਿਆਓ। ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ। ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸੰਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ, ਜਿਸ ਦੇ ਚਲਦਿਆਂ ਬਿਨਾਂ ਖੱਜਲ ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ। ਜਿਹੜੇ ਕਿ ਮੌਕੇ ਤੇ ਚਾਹੇ ਰਾਸ਼ਨ ਕਾਰਡ ਦੀ ਗੱਲ ਹੈ, ਬਿਜਲੀ ਦੀ ਗੱਲ ਹੈ, ਜਾਂ ਹੋਰ ਦਿੱਕਤਾਂ ਹੈਗੀ ਆ ਨਿੱਕੀਆਂ ਨਿੱਕੀਆਂ, ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਉਂਦੀ, ਉਹ ਇੱਥੇ ਈਜ਼ੀ ਹੋ ਜਾਂਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ, ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਸ਼ੁਕਰਾਨਾ ਯਾਤਰਾ ਪਟਿਆਲਾ ਤੋਂ ਸ਼ੁਰੂ ਹੋ ਕੇ ਇਸ ਵੇਲੇ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਪਹੁੰਚ ਚੁੱਕੀ ਹੈ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ, ਸ਼ਹਿਰੀ ਕਲਸੀ ਅਮਨ ਅਰੋੜਾ ਔਰ ਦੂਸਰੇ ਵਿਧਾਇਕ ਜਿਹੜੇ ਅੰਮ੍ਰਿਤਸਰ ਤੋਂ ਵਿਧਾਇਕ ਨੇ, ਉਹ ਵੀ ਉਹਨਾਂ ਦੇ ਨਾਲ ਨੇ। ਦੁਰਗਿਆਨਾ ਮੰਦਿਰ ਦੇ ਵਿੱਚ ਉਹ ਪਹੁੰਚ ਚੁੱਕੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੁਰਗਿਆਨਾ ਮੰਦਿਰ ਦੀਆਂ। ਅਮਨ ਅਰੋੜਾ, ਸ਼ਹਿਰੀ ਕਲਸੀ ਦੇ ਨਾਲ ਨਾਲ ਅੰਮ੍ਰਿਤਸਰ ਤੋਂ ਜਿਹੜੇ ਵਿਧਾਇਕ ਨੇ, ਉਹ ਇੱਥੇ ਪਹੁੰਚ ਚੁੱਕੇ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਅਮਨ ਅਰੋੜਾ, ਸ਼ਹਿਰੀ ਕਲਸੀ ਅਤੇ ਅੰਮ੍ਰਿਤਸਰ ਤੋਂ ਵਿਧਾਇਕ ਇਸ ਵੇਲੇ ਸ਼ੁਕਰਾਨਾ ਯਾਤਰਾ ਜਿਹੜੀ ਹੈ ਉਹ ਆਪਣੇ ਆਖਰੀ ਪੜਾਵ ਤੇ ਹੈ। ਆਖਰੀ ਪੜਾਵ ਦੇ ਤਹਿਤ ਦੁਰਗਿਆਨਾ ਤੀਰਥ ਤੇ ਪਹੁੰਚ ਚੁੱਕੀ ਹੈ ਔਰ ਇਸ ਤੋਂ ਬਾਅਦ ਰਾਮ ਤੀਰਥ ਦੇ ਲਈ ਰਵਾਨਾ ਹੋਏਗੀ ਇੱਥੋਂ ਮੱਥਾ ਟੇਕਣ ਤੋਂ ਬਾਅਦ। ਕੀ ਕਰੀਏ ਯਾਰ, ਥੋੜਾ ਵਜਨ ਘੱਟ ਜਾਏਗਾ, ਢਾਈ ਘੰਟੇ ਤੋਂ ਜ਼ਿਆਦਾ। ਪ੍ਰੇਮ ਸਗਾਈ ਸੂਰ ਗੁਰੇ
ਲਾਇਕ ਨਾਹੀਂ, ਸੋਰੇ ਕੋਰੇ ਲਾਇਕ ਨਾਹੀਂ, ਕਹਿ ਲਗੇ ਕਰੋ ਬਰਾਈ ਪਰਲੀ ਤਰਫ ਦੇਖਤੇ ਨਾ ਯਹਾਂ ਪਰ ਸੋ ਤਸਵੀਰਾਂ ਦੁਰਗਿਆਨਾ ਤੀਰਥ ਦੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਨਤਮਸਤਕ ਹੋ ਗਈ ਹੈ। ਅਸੀਂ ਗੱਲ ਵੀ ਕਰਨੇ ਅਮਨ ਜੀ ਨਾਲ। ਅਮਨ ਜੀ ਲੇਟ ਜ਼ਰੂਰ ਹੋ ਗਏ ਹੋ ਮਗਰ ਠੀਕ ਹੈ, ਟਾਈਮ ਸਿਰ ਆਇਓ। ਅੱਜ ਸ਼ੁਕਰਾਨਾ ਯਾਤਰਾ ਆਖਰੀ ਪੜਾਵ ਤੇ ਹੈ, ਤੁਸੀਂ ਸਾਰਾ ਪੰਜਾਬ ਘੁੰਮ ਲਿਆ ਹੈ, ਕਿਸ ਤਰ੍ਹਾਂ ਲੱਗ ਰਿਹਾ ਜੀ? ਮੈਂ ਸਮਝਦਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਅੱਜ ਸਵੇਰੇ ਕਾਲੀ ਮਾਤਾ ਮੰਦਿਰ ਜੀ ਦੇ ਪਟਿਆਲੇ ਤੋਂ ਸ਼ੁਰੂ ਕਰਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਪਹਿਲਾਂ ਦਰਬਾਰ ਸਾਹਿਬ, ਫਿਰ ਦੁਰਗਿਆਨਾ ਮੰਦਿਰ, ਹੁਣ ਰਾਮ ਤੀਰਥ ਚੱਲੇ ਹਾਂ। ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਪਿਆਰ ਹੈ ਜਿਹੜਾ ਉਸ ਮੁੱਚੇ ਪੰਜਾਬ ਦੇ ਵਿੱਚੋਂ ਮਿਲਿਆ। ਸ਼ੁਕਰਾਨਾ ਇਹੀ ਕਰਨ ਲਈ ਨਿਕਲਿਆ ਕਿ ਇੰਨਾ ਪਿਆਰ ਸਾਨੂੰ ਨਿਮਾਣਿਆਂ ਨੂੰ ਮਿਲਿਆ, ਔਰ ਜੋ ਪਾਰਟੀ ਨੇ ਜ਼ਿੰਮੇਵਾਰੀ ਸੌਂਪੀ ਹੈ ਮੈਨੂੰ ਔਰ ਮੇਰੇ ਛੋਟੇ ਵੀਰ ਸ਼ਹਿਰੀ ਕਲਸੀ ਜੀ ਨੂੰ, ਔਰ ਪਿਛਲੇ ਦਿਨਾਂ ਦੇ ਵਿੱਚ 3 ਬਾਈ ਇਲੈਕਸ਼ਨ ਜਿੱਤ ਵੀ ਹੋਏ, ਸਾਰਾ ਸ਼ੁਕਰਾਨਾ ਕਰਨ ਦੇ ਲਈ ਪਰਮਾਤਮਾ ਦਾ ਨਿਕਲਿਆ ਪੰਜਾਬ ਦੇ ਵਿੱਚ। ਔਰ ਅਰਦਾਸ ਕਰ ਲਈ ਕਿ ਪਰਮਾਤਮਾ ਸਰਬੱਤ ਦਾ ਭਲਾ ਕਰੇ, ਇਹ ਪੰਜਾਬ ਇਸੇ ਤਰੀਕੇ ਦੇ ਨਾਲ ਚੜ੍ਹਦੀ ਕਲਾਵਾਂ ਦੇ ਵਿੱਚ ਰਹੇ। ਅਮਨ ਜੀ ਨਿਗਮ ਇਲੈਕਸ਼ਨ ਆਉਣ ਲੱਗੇ ਨੇ, ਉਹਦੇ ਲਈ ਵੀ ਤਿਆਰੀ ਕੋਈ ਤੁਸੀਂ ਅਰਦਾਸ? ਸਾਰੀ ਤਿਆਰੀ ਜੀ, ਬਸ ਅੱਜ ਉਹੀ ਜਿਹੜਾ ਹੈਗਾ ਇੱਕ ਵਾਰ ਸ਼ੁਕਰਾਨਾ ਕਰਕੇ ਬਸ ਕੱਲ੍ਹ ਤੋਂ ਤਿਆਰੀਆਂ ਸ਼ੁਰੂ ਨੇ। ਔਰ ਮੈਂ ਸਮਝਦਾ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਰਿਜ਼ਲਟ ਆਏ ਨੇ, ਇਹੀ ਰਿਜ਼ਲਟ ਨੇ ਜਿਹੜੇ ਇਹ ਆਉਣ ਵਾਲੇ ਦਿਨਾਂ 'ਚ ਨਿਗਮ ਇਲੈਕਸ਼ਨਾਂ ਦੇ ਵਿੱਚ ਮਿਲਣਗੇ। ਕਲਸੀ ਸਾਹਿਬ ਤੁਸੀਂ ਕੀ? ਬਿਲਕੁਲ ਜੀ, ਆਸ਼ੀਰਵਾਦ ਲਿਆ ਜੀ ਇਹਨਾਂ ਤੇ ਪਟਿਆਲੇ ਤੋਂ, ਫਿਰ ਅੰਮ੍ਰਿਤਸਰ ਆਏ ਆ ਜੀ, ਹੁਣ ਮੰਦਿਰ ਮੱਥਾ ਟੇਕਣ ਆਏ ਜੀ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ। ਬਸ ਇਹੋ ਪੰਜਾਬ ਦੀ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ। ਜ਼ਿੰਮੇਵਾਰੀ ਬਹੁਤ ਵੱਡੀ ਹੈ ਜੀ ਛੋਟੇ। ਸੋ ਮੈਂ ਰਹਿਣੀ ਆ ਜੀ, ਮੇਰੀ ਪਾਰਟੀ ਨੇ ਮੈਨੂੰ ਇਸ ਕਾਬਲ ਸਮਝਿਆ, ਮੈਨੂੰ ਇਸ ਨਿਮਾਣੇ ਨੂੰ ਇੰਨਾ ਮਾਣ ਦਿੱਤਾ, ਰਾਤ ਦਿਨ ਇੱਕ ਕਰਾਂਗੇ ਜਦੋਂ ਵੱਡੇ ਭਰਾ ਨਾਲ ਨੇ, ਠੀਕ ਹੈ ਫਿਰ। ਸੋ ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਪਟਿਆਲਾ ਤੋਂ ਸ਼ੁਰੂ ਹੋਈ ਸੀਗੀ ਔਰ ਆਖਰੀ ਪੜਾਵ ਤੇ ਦੁਰਗਿਆਨਾ ਤੀਰਥ ਪਹੁੰਚੀ ਹੈ। ਦੁਰਗਿਆਨਾ ਮੰਦਿਰ 'ਚ ਨਤਮਸਤਕ ਹੋਏ ਨੇ, ਇਸ ਤੋਂ ਬਾਅਦ ਰਾਮ ਤੀਰਥ ਜਾਣਗੇ। ਅਮਨ ਅਰੋੜਾ ਸ਼ਹਿਰੀ ਕਲਸੀ ਦੇ ਨਾਲ, ਕੁਲਦੀਪ ਧਾਲੀਵਾਲ ਮੰਤਰੀ ਵੀ ਸਨ ਮੌਜੂਦ, ਔਰ ਕੁਛ MLA ਵੀ ਜੋ ਅੰਮ੍ਰਿਤਸਰ ਤੋਂ MLA ਨੇ ਉਹ ਵੀ ਮੌਜੂਦ ਸਨ। ਬੜੇ ਆਸ਼ਵਸਤ ਨੇ, ਜਿਸ ਤਰ੍ਹਾਂ ਦੀ ਜਿੱਤ ਉਹਨਾਂ ਨੂੰ ਵਿਧਾਨ ਸਭਾ ਦੇ ਬਾਈ ਇਲੈਕਸ਼ਨ 'ਚ ਮਿਲੀ ਹੈ, ਉਸੇ ਤਰ੍ਹਾਂ ਦੀ ਜਿੱਤ ਹੁਣ ਕਾਰਪੋਰੇਸ਼ਨ ਇਲੈਕਸ਼ਨਾਂ ਦੇ ਵਿੱਚ ਵੀ ਮਿਲੇਗੀ। ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ TV, ਅੰਮ੍ਰਿਤਸਰ।